تر پھر کیا مسلمان ہوگا تو بھی نسل اپنی لے کے آ جا میں بھی آ جانا جتھے تسلی ہے اتھے مبالا کر لینے آ سلسلے دو نے یا مذہب نفرت تو بن جائے یا مذہب محبت تو بن جائے میں اپنے مذہب دی تسلی دے نام مذہب شیعہ آل محمد دی محبت تو بنے آئے باقی سارے نفرت تو بنے آئے لو جناب ہوں تھی نہ سمجھو تو اپنی موت
ਰਸੂਲ ਦੇ ਬਾਅਦ ਘਰ ਦੋ ਨੇ ਤੀਸਰਾ ਕਾਰੀ ਕੋਈ ਨਹੀਂ। ਅਸਾਬ ਕਿਉਂ ਜਿਸ ਨੇ ਗੱਲਾਂ
ਕੋਲ ਬੈਠਾ ਤੇ ਜਿਹੜਾ ਦੂਰ ਦੀ ਰੇਲ ਤੇ ਬਾਹ ਤੇ ਉਹ ਸੁਆਮੀ ਨੇ ਉਹ ਤਾਬੀ ਮੈਂ ਤਾਬੀਆਂ ਨਹੀਂ ਜਾ ਰਿਹਾ ਮੈਂ ਸਾਬੀ ਤੱਕ ਇੱਕ ਬੱਚਾ ਨਾ ਉੱਥੋਂ ਰੇਲ ਬਾਰੋਂ ਬੰਦ ਕਰਾਓ ਕੋਈ ਆਦਮੀ ਜਾਓ ਨਾ ਬੇਟਾ ਤੂੰ ਹੀ ਚਲਾ ਜਾ ਪਿਛਾ ਉਹਨੂੰ ਕਿਹਾ ਵੀ ਬੰਦ ਕਰ ਦੇ ਜਾਂ ਦੂਰ ਦਰਾ ਰੱਖੇ ਅੱਡਾ ਆਪਣਾ ਦੋਵੇਂ ਘਰ ਇਕੱਠੇ ਹੀ ਨਾ ਸ਼ੁਰੂ ਹੋ ਉਹ ਹੀ ਗੱਲ ਅਗਲੀ ਦੇਖ ਦਿੱਤੀ ਹੈ ਆਲ ਦਾ ਕੌਲ ਇੱਕ ਇਹਦੋ ਤੇ ਮੈਂ ਜ਼ਬਾਨ ਬਈ ਆਲ ਵਿੱਚ ਕੋਈ ਇਖਤਲਾਫ ਕਿਤੇ ਤਸੱਲੀ ਮੈਂ ਫਿਰ ਮਿਸਾਲ ਦੱਸ ਰਿਹਾ ਸਾਡੇ ਲੋਕ ਵੀ ਹੁੰਦੇ ਹੈ ਕੋਈ ਜਿਹੜੇ ਜ਼ਿਆਦਾ ਸਿਆਣੇ ਸ਼ੀਆ ਨੇ ਨਾ ਉਹ ਮੇਰੀ ਮਹਿਲਤ ਚੋਂ ਸੋੜੇ ਪੈ ਜਾਂਦੇ ਉਹ ਸੋੜੇ ਨਾ ਪਾਇਆ ਕਰ ਕੀ ਸਮਝਦੇ ਹੋ ਸਾਰੇ ਕੋਈ ਇਲਮ ਦੇ ਮਾਲਕ ਨੂੰ ਫਰਕ ਬੇਸ਼ੱਕ ਮੈਂ ਤੇ ਸਾਰਿਆਂ ਦਾ ਖਤੀਬ ਆ ਮੈਂ ਤੇ ਜਿਹੜਾ ਇੱਥੇ ਆਇਆ ਮੈਂ ਤਾਂ ਉਹਦੇ ਖਤੀਬ ਮੈਂ ਚੋਂ ਬੰਦੀਆਂ ਮੱਦੇ ਨਜ਼ਰ ਤੇ ਨਹੀਂ ਰੱਖਣਾ ਮੈਂ ਤੇ ਸਾਰੇ ਬੰਦੇ ਨੂੰ ਖੁਦਾ ਨਾ ਕਰੇ ਮੈਂ ਮਿਸਾਲ ਦੇ ਰੋਡ ਤੇ ਹਾਦਸਾ ਹੁੰਦਾ ਇੱਕ ਆਦਮੀ ਆਇਆ ਉਹਨੇ ਕਿਹਾ ਕਿ ਦੋ ਬੰਦੇ ਮਰ ਗਏ ਦੂਜਾ ਆਇਆ ਉਹਨੇ ਕਿਹਾ ਤ੍ਰੈ ਮਰ ਗਏ ਚੌਥਾ ਆਇਆ ਉਹਨੇ ਕਿਹਾ ਚਾਰ ਮਰ ਗਏ ਇਸ ਗਲੀ ਚੋਂ 12 ਇਕੱਠੇ ਆਏ ਬੈਠੇ
ਤੇ ਮੈਂ ਵੀ ਆਖਾਂ ਬਹਿ ਜਾਓ ਤੇ ਤੁਸੀਂ ਕੀ ਆਖੋਗੇ? ਉਹ ਸ਼ਾਹ ਕੇ ਬੈਠੇ ਆ ਤੇ ਇੱਕ ਬੰਦਾ ਇੱਥੇ ਖੜਾ ਆ ਤੂੰ ਮੈਂ ਨਾ ਬਹਿ ਜਾ, ਇਹ ਠੀਕ ਬਿਲਕੁਲ ਹੁਕਮ ਦੇਣਾ ਹੈ ਉਸਦੇ ਉਲਟ, ਉਹ ਖੜਾ ਹੈ ਤੇ ਬੈਠਣ ਦਾ ਹੁਕਮ ਦੇਣਾ, ਖੜਨ ਦਾ ਹੁਕਮ ਨਹੀਂ ਦੇਣਾ। ਉਹ ਤੇ ਅੱਗੇ ਖੜਾ ਹੈ, ਜਿਹੜਾ ਬੈਠਾ ਹੈ ਉਹਨੇ ਨਹੀਂ ਆਖਣਾ ਪੈ ਜਾ, ਉਹ ਅੱਗੇ ਬੈਠਾ ਹੈ। ਮਾਂ ਦੇ ਪਤਨ ਚੋਂ ਆਇਆ ਤੇ ਹੱਥ ਖੁੱਲੇ ਨੇ ਤੇ 24 ਘੰਟੇ ਖੁੱਲੇ ਨੇ, ਤੇ ਜੇ ਨਮਾਜ਼ ਦੀ ਵਾਰੀ ਬੰਨਣੇ ਆਣ ਤੇ ਹੁਣ ਅੱਲਾ ਦੀ ਜ਼ਿੰਮੇਵਾਰੀ ਉਹ ਆਂਦਾ ਹੀ ਖੁੱਲੇ ਤੇ ਅੱਗੇ ਨੇ ਬੰਨ ਕੇ ਪੜੀ ਨਹੀਂ। ਹੁਣ ਅੱਲਾ ਨਾ ਆਖਣਾ ਚਾਹੀਦਾ ਸੀ ਖੁੱਲੇ ਤੇ ਅੱਗੇ ਹੀ ਨੇ, ਖੁੱਲਿਆਂ ਦਾ ਹੁਕਮ ਉਸ ਕੀ ਦੇਣਾ। ਇੱਕ ਨੇ ਕਿਹਾ ਇੱਥੇ ਮੈਂ ਕਾਬੇ ਸਾਰੇ ਡਿਜ਼ਾਇਨ ਵੇਖੇ, ਇੱਕ ਨੇ ਕਿਹਾ, ਇੱਕ ਨੇ ਕਿਹਾ ਠੀਕ, ਇੱਕ ਨੇ ਕਿਹਾ ਹੁਣ ਮੇਰੇ ਦੇ ਅੱਗੇ ਮੇਰੇ ਹੱਥ ਖੁੱਲੇ ਇਮਾਮੇ ਮਾਲਕ ਰਹਿ ਰਹਾ ਨੇ ਕਿਹਾ। ਲਿਬੀਆ ਸਾਰਾ ਖੋਲ ਕੇ ਪੜਦਾ ਹੈ, ਸੁਨਤ ਪਹਿਲੇ ਸੁਨਤ ਨੇ ਲਿਬੀਆ ਸ਼ੀਆ ਆਟੇ ਚ ਨਿਮਕ ਵੀ ਸਾਡੇ ਜਿਹੜੇ ਤੋਂ ਮਜ਼ਦੂਰ ਨਹੀਂ ਗਏ ਕੁੱਟੋ ਦੌਰ ਚੋ, ਜ਼ਿਆਦਾ ਉੱਥੇ ਗਏ ਨੇ ਮਿਸਤਰੀ ਤੇ ਮਜ਼ਦੂਰ, ਕਦਾਂ ਕੋਠੇ ਬਣਾਉਣਾ ਉਹ ਸਾਡੇ ਪਿੰਡ ਦੇ ਵਿਚਾਰ ਗਏ, ਉਹਨਾਂ ਤੋਂ ਫੋਨ ਖਾਤੇ ਚ ਲਿਖਿਆ ਬਈ ਇੱਥੇ ਸਾਰਾ ਮੁਲਕ ਜਿਹੜਾ ਹੈ ਨਾ ਸ਼ੀਆ ਦਾ ਹੈ, ਉਹ ਨਮਾਜ਼ ਖੁੱਲੀ ਸੀ 40,000 ਤੈਨਾਤ 97 ਚ ਆਈ, ਮੈਂ ਉੱਥੇ ਪੁੱਛਦਾ ਅਰਦਾਸ ਕਰਦਾ 40,000 ਤੈਨਾਤ ਦੇ ਮਾਲਕੀਆਂ ਦੀ ਮਦੀਨੇ ਸ਼ਰੀਫ ਵਿੱਚ ਸ਼ਾਮ ਚ ਵੀ ਮਾਲਕੀ ਹੈ, ਯਮਨ ਮਾਲਕੀਆਂ ਦਾ ਭਰਿਆ ਹੋਇਆ, ਸਾਡੇ ਇੰਡੀਆ ਚ ਕੋਈ ਨਹੀਂ, ਕੋਈ ਨਹੀਂ, ਕਰਾਚੀ ਹੈ, ਸਿਰਫ ਕਰਾਚੀ ਚ ਨਹੀਂ, ਉੱਥੇ ਬੰਬੇ ਚ ਨਹੀਂ, ਇੰਡੀਆ ਚ ਉੱਥੇ ਵੀ ਮਾਲਕੀ। ਉਹ ਇੰਝ ਹੀ ਪੜ੍ਹਦੇ ਨੇ ਕਿ ਤੁਸੀਂ ਜਾ ਕੇ ਉਹਨਾਂ ਵੇਖਣਾ ਹੈ ਨਾ ਤੂੰ ਨਾ ਹੀ ਕਹਿਣਾ ਪੇਸ਼ੀ ਹੈ ਅੱਲਾਹ। ਇਮਾਮੇ ਮਾਲਕ ਨੂੰ ਹਾਕਮ ਨੇ ਬੁਲਾਇਆ ਬਾਦਸ਼ਾਹ, ਉਹ ਸਖਿਆ ਕੋਸ਼ਿਸ਼ ਕਰ ਕੋਈ ਵਿੱਚ ਤੂੰ ਹੀ ਨਾ ਥੋੜੀ ਜਿਹੀ ਜਗ੍ਹਾ, ਇੱਕ ਨੇ ਨਾਪ ਤੇ ਲਿਖਿਆ ਜੀ, ਇੱਕ ਨੇ ਸੀਨੇ ਔਰ ਪੇਟ ਦੇ ਫਮੇ ਮੇ ਦਾ ਕੀ ਮੰਨਦੇ ਨੇ ਹੈ ਜਗ੍ਹਾ ਜਿਸ ਹੈ ਅਜੇ ਤੋਂ ਪਸਰੀਆਂ ਮੁੱਕ ਜਾਂਦੀਆਂ, ਇੱਕ ਘਰ ਤੇ ਇੱਕ ਘਰ ਬਿਲਕੁਲ ਹੈ ਸੀਨੇ ਦੇ ਉੱਤੇ। ਉਹਨੇ ਕਿਹਾ ਤੂੰ ਵੀ ਵਿੱਚ ਕੋਈ ਥੋੜੀ ਜਿਹੀ ਲੋਕੇਸ਼ਨ ਬਣਾ, ਉਸ ਅਗਰ ਨਹੀਂ ਬਣਦੀ ਉਹਨਾਂ ਕਿਹਾ ਕਿਉਂ ਨਹੀਂ ਬਣਦੀ, ਕੋਸ਼ਿਸ਼ ਕਰ ਯਾਰ ਤੇਰੀ ਵੀ ਖਿਦਮਤ ਕਰਨੇ ਆ, ਉਸ ਅਗਰ ਰੌਲਾ ਖਿਦਮਤ ਦਾ ਨਹੀਂ ਮੇਰੀ ਇੱਕ ਹੋਰ ਕੀ, ਉਸ ਅਗੇ ਉਹਨਾਂ ਕਿਹਾ ਤੂੰ ਇਹ ਉੱਤੇ ਬੰਨ ਕੇ ਲਿਖਿਆ, ਉਹਨਾਂ ਚੋਂ ਦੋ ਬਗਦਾਦ ਦੇ ਨੇ ਇੱਕ ਕੂਫੇ ਦਾ, ਮੈਂ ਮਦੀਨੇ ਦਾ ਮੇਰਾ ਪਿਉ ਮਦੀਨੇ ਦਾ ਹੈ, ਮੇਰਾ ਦਾਦਾ ਮਦੀਨੇ ਦਾ ਹੈ, ਮੇਰਾ ਪੜਦਾਦਾ ਮਦੀਨੇ ਦਾ ਹੈ, ਸਾਡੀ 6ਵੀਂ ਪੁਸ਼ਤੇ ਰਸੂਲ ਤੋਂ ਲੈ ਕੇ ਜਾਫਰ ਸਾਦਕ ਤੱਕ ਅਸਾਂ ਨਬੀ ਤੋਂ ਦੀ ਆਲ ਦਾ ਤਰੀਕੇ ਹੀ ਇਹ ਵੇਖਿਆ, ਮੇਰੀ ਹੈ ਮਜਬੂਰੀ ਹੈ ਮੈਂ ਕੀ ਚੀਜ਼ ਨੂੰ ਸੋਚੋ ਦੋਵੇਂ ਕਰਾਂ, ਦੁਆ ਕਰਨ ਦੀ ਮਿਹਨਤ ਤੇ ਸ਼ੀਆਂ ਦੀ ਵੀ ਮਿਹਨਤ ਤੇ ਸੁਣੀ। ਹੁਣ ਅਸੀਂ ਕਰਦੇ ਕੀ ਦਿੰਦੇ ਹਾਂ ਜਿਹੜੇ ਆਲੇ ਸੁਣ ਪਾਏ ਨੇ ਸ਼ੀਆਂ, ਇਮਾਮ ਹੁਸੈਨ ਰਜ਼ੀ ਅੱਲਾਹ ਤਾਲਾ ਕੀ ਆਖਦੇ ਨੇ ਹੁਸੈਨ ਆਇਆ ਹੈ ਮੁਬਾਲਾ ਦੇ ਬਾਅਦ, ਪੁੱਤਰ ਕਿਸ ਦਾ ਹੈ? ਰਸੂਲ ਪਿਓ ਸੈਯਦ ਹੋਵੇ ਤੇ ਪੁੱਤਰ
ਤੁਸੀਂ ਬੋਲੋ ਪਿਓ ਰਾਈ ਨਾ ਬੈਠੋ ਪਿਓ ਬੱਟ ਹੋਵੇ ਖੋਖਰ ਹੋਵੇ ਪਿਓ ਕਦੀ ਇਹ ਵੀ ਸੁਣਿਆ ਜੇ ਬਈ ਪਿਓ ਇੱਕ ਹੋਵੇ ਤੇ ਦੋ ਦੇ ਪੁੱਤਰ ਹੋਣ ਤੇ ਇੱਕ ਰਾਈ ਹੋਵੇ ਤੇ ਖੋਖਰ ਹੋਵੇ ਕੋਈ ਸੁਣੀ ਹੋਵੇ ਕੋਈ ਕਦੀ ਭੁੱਲ ਕੇ ਕਿਉਂ ਉਹ ਨਹੀਂ ਸਕਦਾ ਪਿਓ ਜਿਹੜਾ ਉਹ ਅਲੈਹਿ ਸਲਾਮ ਹੈ ਅੱਛਾ ਉਦੋਂ ਨਾਲੇ ਵੀ ਬੋਲਾ ਜਿਹਾ ਇਹ ਵੀ ਮੁਸੀਬਤ ਪਈ ਹੈ ਕਿ ਜਿੱਥੇ ਹੱਥ ਪੈ ਜਾਏ ਥੋੜਾ ਜਿਹਾ ਹੱਥ ਪਾਉਣ ਦੀ ਗੱਲ ਹੈ ਨਾ ਜਿੱਥੇ ਹੱਥ ਪੈ ਜਾਏ ਯਜ਼ੀਦ ਵੀ ਰਜ਼ੀਲ ਹੈ ਹੁਣ ਜਿੱਥੇ ਤੁਸਾਂ ਦਾਤ ਦੇਣੀ ਹੈ ਉੱਥੇ ਤੁਸਾਂ ਕੋਈ ਨਹੀਂ ਦੇਣੀ ਮੈਨੂੰ ਪਤਾ ਹੈ ਤੁਹਾਨੂੰ ਥੋੜਾ ਜਿਹਾ ਲੇਟ ਹੋ ਜਾਣਾ ਹੈ ਅਤੇ ਮੈਨੂੰ ਪਤਾ ਹੈ ਕਿ ਦਾਤ ਕਰ ਦਿਆ ਕੋਈ ਨਹੀਂ ਕਸਮ ਕੁਰਾਨ ਦੀ ਮੈਂ ਆਹ ਦੁੱਖੀਆਂ ਸੁਣੀਆਂ ਪਾਈਆਂ ਉਹ ਤੁਹਾਡੇ ਨਾਲ ਮਨ ਵੀ ਧੋਖਾ ਪਿਆ ਕਰਦਾ ਹੈ ਜਦਨ ਯਜ਼ੀਦ ਵੀ ਰਜ਼ੀਉੱਲਾ ਹੈ ਤੇ ਫਿਰ ਰਜ਼ੀਉੱਲਾ ਦਾ ਮਿਆਰ ਕੀ ਰਹਿ ਗਿਆ ਸੁਣੀਆਂ ਪਾਈਆਂ ਉਹ ਤੁਹਾਡੇ ਨਾਲ ਧੋਖਾ ਅਸੀਂ ਤੇਰਾ ਤੋਂ ਗਏ ਹਾਂ ਬਾਜ ਇਹ ਖਾਰਜੀ ਜੇ ਤੁਹਾਨੂੰ ਬਦਨਾਮ ਪੈ ਕਰਦਾ ਤੁਸੀਂ ਇਹਨਾਂ ਤੋਂ ਬਚੋ ਤੁਸੀਂ ਹੁਸੈਨ ਨੂੰ ਅਲੈਹਿ ਸਲਾਮ ਵੀ ਆਖੋ ਹੁਸੈਨ ਦਾ ਜ਼ਿਕਰ ਵੀ ਸੁਣੋ ਹੁਸੈਨ ਦਾ ਜ਼ਿਕਰ ਵੀ ਕਰਾਓ ਹੁਸੈਨ ਦੇ ਜਲੂਸ ਚੋਂ ਵੀ ਸ਼ਿਰਕਤ ਕਰੋ ਤਾਂ ਕਿ ਖਾਰਜੀਆਂ ਦਾ ਮੂੰਹ ਬੰਦ ਹੋ ਜਾਏ ਉਹ ਤੇ ਖਵਾਰਜ ਨੇ ਬੁਖਾਰੀ ਸ਼ਰੀਫ ਚ ਲਿਖੇ ਬਾਬ ਜ਼ਿਕਰ ਉਲ ਖਵਾਰਜ ਪੂਰਾ ਬਾਬ ਹੈ ਕਿਸੇ ਆਪਣੇ ਆਲਮ ਕੋਲੋਂ ਪੁੱਛ ਜੇ ਸੁਣੀ ਮੈਂ ਬੈਠੀ ਨਾ ਮਸਜਿਦ ਚ ਜਾ ਕੇ ਆਪਣੇ ਆਲਮ ਦੀਨ ਨੂੰ ਆਖਣਾ ਹੈ ਕਿ ਬੁਖਾਰੀ ਸ਼ਰੀਫ ਹੈ ਉਹ ਕਹੇਗਾ ਹੈ ਅਕੇ ਜੋ ਦੇ ਬਾਪ ਜ਼ਿਕਰ ਉਲ ਖਵਾਰਜ ਹੈ ਉਹ ਕਹੇਗਾ ਹੈ ਅਕੇ ਉਹਦੇ ਜੀ ਜ਼ਰਾ ਨਿਸ਼ਾਨੀਆਂ ਪੜ੍ਹ ਕੇ ਦਿਓ ਹਾਂ ਖਾਰਜੀਆਂ ਦੀਆਂ ਨਿਸ਼ਾਨੀਆਂ ਕੀ ਕੀ ਉਹਦੇ ਪਹਿਲੀ ਨਿਸ਼ਾਨੀ ਪਹਿਲੀ ਨਿਸ਼ਾਨੀ ਕਸਰਤ ਦੇ ਨਮਾਜ਼ ਟਾਈਮ ਹੀ ਨਹੀਂ ਵੇਖਣਾ ਇੱਕ ਬੰਦੇ ਨੇ ਹੋਟਲ ਚੋ ਆਰਡਰ ਦਿੱਤਾ ਆਪਣੀ ਰੋਟੀ ਦਾ ਇਕੱਲੇ ਬੰਦੇ ਨੇ ਮੈਂ ਕਦੇ ਜ਼ਿੰਦਗੀ ਚ ਕੰਮ ਕੀਤਾ ਨਹੀਂ ਤੁਹਾਡੇ ਮੈਂ ਰੋਟੀ ਪਾਈ ਤੱਕ ਤਿਆਰ ਨਹੀਂ ਕੀਤਾ ਮਜ਼ਬੂਰੀ ਹੈ ਮਾਹੌਲ ਐਸਾ ਉਹਨੇ ਕਿਹਾ ਜਨਾਬ 10 ਪਲੇਟਾਂ ਸਬਜ਼ੀ ਤੇ 10 ਪਲੇਟਾਂ ਗੋਸ਼ਤ ਤੇ 10 ਪਲੇਟਾਂ ਦਾਲ ਮਿਕਸ ਕਰ ਦਿਓ ਤੇ 50 ਰੋਟੀ ਦੇ ਦਿਓ ਉੱਥੇ ਇੱਕ ਸਰਕਸ ਦਾ ਮਾਲਕ ਬੈਠਾ ਸੀ ਚਾਹ ਪੀਣ ਵਾਸਤੇ ਹੋ ਸਕਿਆ ਵੀ ਬਾਕੀ ਬੰਦੇ ਸ਼ਾਇਦ ਪਿੱਛੇ ਆ ਰਹੇ ਨੇ ਉਹਨਾਂ ਉਹ ਤਗਾਰੀ ਵਿੱਚ ਆਖਿਆ ਬਣਾਈ ਤਗਾਰੀ ਤੇ ਬਣ ਗਈ ਉਹ ਖਾ ਗਿਆ ਤੂੰ ਇਹ
ਇਹ ਕੰਮ ਸਾਡੇ ਜੇ ਸਰਕਸ ਚੋਂ ਕਰੇ ਖਾਸ ਤੇ ਕੱਲ ਤਰੇ ਵਾਲੇ ਪ੍ਰੋਗਰਾਮ ਚ ਆ ਜਾਈ ਹੋ ਸਕਿਆ ਜੀ ਛੱਡੂਵਾਜੀ ਕਰਨੇ ਆ ਕੇ ਪ੍ਰੋਗਰਾਮ ਚ ਵੀ ਕਰ ਦਿੱਤਾ ਉਹਨਾਂ ਕਿਹਾ ਵੀ ਯਾਰ ਹੱਦ ਹੋ ਗਈ ਹੈ, ਬੜਾ ਰਸ਼ ਪੈ ਗਿਆ, ਬੜੀਆਂ ਟਿਕਟਾਂ ਵੀ ਗਈਆਂ ਨੇ, ਲੋਕ ਬੰਦੇ ਨਹੀਂ ਤਿਆਰ ਹੈ, ਅਗਰ ਤੂੰ ਅਗਲੇ ਚ ਵੀ ਕਰ ਦੇ ਤੁਹਾਡੇ ਕੰਮ ਵੀ ਕਰਦਾ ਰਹਾ, ਘਰ ਜਾ ਕੇ ਖਾਵਾਂ ਪੀਵਾ ਮਾਨਾ ਕਿਉਂ ਪਿਆਦਾ ਹੈ, ਮੈਂ ਲੈ ਕੇ ਇਬਾਦਤ ਆ, ਮੈਂ ਮੌਤਾਜ ਇਬਾਦਤ ਨਹੀਂ, ਉਹ ਤੇ ਚੁੱਕੀ ਰਸੂਲ ਪਿਆ ਪੜਦਾ ਇਤੋਂ ਸਕਿਆ ਬਸ ਕਰ ਉਹ ਜੋ ਆਉਂਦਾ ਸੁਬਹ ਦੀਆਂ 2 ਵਜੇ ਉਹਨੇ ਮੈਂ ਜ਼ਰੂਰੀ 13-14 ਕਰਨੀ ਚੀਨੀ ਲਈਏ, ਪਾਣੀ ਪਾਈਏ, ਵਿੱਚ ਥੋੜੀ ਜਿਹੀ ਰੂਹ ਅਫਜ਼ਾ ਪਾਈਏ, ਵਿੱਚ ਜਨਾਬ ਪਾ ਦਿੱਤਾ ਹੈ, ਥੋੜਾ ਜਿਹਾ ਦੁੱਧ ਪਾ ਦਿੱਤਾ ਹੈ, ਤਰੇ ਚੀਜ਼ਾਂ ਵਿੱਚ ਹੋਰ ਪਾ ਕੇ ਲਾਇਆ ਹੈ, ਉਹ ਕੰਮ ਗਲਤ ਹੋ ਗਿਆ ਕਿ ਖਰਚਾ ਵੀ ਹੋ ਗਿਆ, ਮੇਰੀ ਨਾ ਫਰਮਾਨੀ ਵੀ ਹੋ ਗਈ, ਨਹੀਂ ਸਮਝ ਆ ਰਹੀ ਯਾਰ ਬੜੀ ਹੋਣਾ ਹੈ ਪੂਰਾ ਬੜੀ ਇਹ ਵੀ ਗੱਲ ਇਹ ਬਾਤ ਲੱਗੀ
پنجویں نشانی سلوار چھوٹی، یہ بخاری شریف چھوٹی کتاب بھی نہیں، بخاری شریف سلوار ہے کتاب. فرمایا انہوں نے بیروپ جو نام ہوا نکل جائے تو کوئی گوٹیاں نال نکلتا تو پچھو ہی، مگر کوئی شہ نال نہیں ہے. لوگ اٹھ کے کھڑے ہوئے، انہوں نے کہا یا رسول اللہ ایڈے چنگے کام، ایڈا برا انجام بدوزی واسطے ہی اپنی رسالت کا سانو دس اسی انہوں تو بچ گئے. فرمایا انہاں دی پہچان میں تو دس دینا، انہاں دے سامنے میری آلتا نہ لے آجے اٹھ کے چلے جانگے. کوئی سمجھ آ رہی ہے؟